ਸਤਿ ਸ਼੍ਰੀ ਅਕਾਲ ਜੀ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਰ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਇੱਕ ਤਾਂ ਜਿਹੜਾ ਚੋਣ ਕਮਿਸ਼ਨ ਦੀ ਨਿਯੁਕਤੀਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ ਆਇਆ ਹੈ ਤੇ ਉਸ ਦੇ ਨਾਲ ਕੇਂਦਰ ਸਰਕਾਰ ਨੂੰ ਕੀ ਕੁਝ ਝਟਕਾ ਲੱਗਣ ਵਾਲਾ ਹੈ ਤੇ ਜਿਹੜਾ ਚੋਣ ਕਮਿਸ਼ਨ ਜਿਹੜੇ ਉਹ ਬਣਦੇ ਨੇ ਚੋਣਾਂ ਦੇ ਲਈ ਚੋਣ ਜਿਹੜੇ ਕਮਿਸ਼ਨ ਬਣਦੇ ਨੇ ਉਹਨਾਂ ਦੇ ਲਈ ਸਾਰਥਕ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਉਸਦੇ ਕੀ ਕੁਝ ਹੋ ਸਕਦੇ ਨੇ ਸੁਪਰੀਮ ਕੋਰਟ ਦਾ ਕੀ ਫੈਸਲਾ ਉਸਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਜਿਹੜਾ ਸੀਐਮ ਭਗਵੰਤ ਮਾਨ ਕੱਲ ਜਿਹੜੇ ਅਮਿਤ ਸ਼ਾਹ ਹੋਣਾ ਦੇ ਨਾਲ ਮੀਟਿੰਗ ਕਰਕੇ ਆਏ ਨੇ ਤੇ ਮੀਟਿੰਗ ਕਰਨ ਤੋਂ ਬਾਅਦ ਅੱਜ ਜਦੋਂ ਸਵੇਰੇ ਜਿਹੜੇ ਆ ਇੱਕ ਵਿਧਾਇਕ ਪ੍ਰੋਫੈਸਰ ਜਿਹੜੇ ਨੇ ਪ੍ਰਿੰਸੀਪਲ ਜਿਹੜੇ ਉਹਨਾਂ ਦਾ ਦੂਜਾ ਜਿਹੜਾ ਜਥਾ ਉਹ ਭੇਜਿਆ ਗਿਆ ਰਵਾਨਾ ਕੀਤਾ ਗਿਆ ਤੇ ਉਸ ਸਮੇਂ ਸਪਸ਼ਟੀਕਰਨ ਜਿਹੜੇ ਜਵਾਬ ਜਿਹੜੇ ਅੱਜ ਤੱਕ ਸੀਐਮ ਭਗਵੰਤ ਮਾਨ ਕਹਿੰਦੇ ਆਏ ਨੇ ਕਿ ਮੈਂ ਗਵਰਨਰ ਹੋਣਾ ਨੂੰ ਜਵਾਬ ਦੇ ਨਹੀਂ ਆ ਤਾਂ ਜੋ ਜਵਾਬ ਜਿਹੜੇ ਆ ਉਹ ਕਿਸ ਤਰ੍ਹਾਂ ਦੇਣੇ ਪੈ ਗਏ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਿਲ ਕੇ ਆਏ ਨੇ ਉਸ ਮੁਲਾਕਾਤ ਦੇ ਕੀ ਕੁਝ ਮਾਇਨੇ ਕੱਢੇ ਜਾ ਸਕਦੇ ਨੇ ਸਾਰੇ ਵਿਸ਼ਿਆਂ ਦੇ ਉੱਤੇ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਪੀ ਐਸ ਭੋਗਲ ਸਾਹਿਬ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਕੁਲਵਿੰਦਰ ਥੈਂਕ ਯੂ ਸਰ ਪਹਿਲਾਂ ਤਾਂ ਜੀ ਬਹੁਤ ਅਹਿਮ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਆ ਚੋਣ ਕਮਿਸ਼ਨ ਦੀਆਂ ਨਿਯੁਕਤੀਆਂ ਨੂੰ ਲੈ ਕੇ ਸਰ ਸਾਹਮਣੇ ਆਇਆ ਜੀ ਉਸਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਰਥਕ ਨਤੀਜੇ ਜਿਹੜੇ ਆ ਉਹ ਨਿਕਲ ਸਕਦੇ ਨੇ ਤੇ ਕੇਂਦਰ ਸਰਕਾਰ ਨੂੰ ਜਿਹੜਾ ਕਿਸ ਤਰ੍ਹਾਂ ਦਾ ਝਟਕਾ ਜਿਹੜਾ ਉਹ ਲੱਗ ਸਕਦਾ ਹੈ ਕਿਉਂਕਿ ਹੁਣ ਤੱਕ ਜਿਹੜੀ ਸਾਹਮਣੇ ਜਿਹੜੀ ਆ ਚੋਣ ਕਮਿਸ਼ਨ ਜਿਹੜੇ ਬਣਦੇ ਸੀਗੇ ਤੇ ਉਹਨਾਂ ਦੀ ਨਿਯੁਕਤੀਆਂ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਖੜੇ ਹੁੰਦੇ ਸੀ ਤੇ ਉਹਨਾਂ ਦੇ ਉੱਤੇ ਵੀ ਜਿਹੜੇ ਆ ਸ਼ੱਕ ਦੇ ਪ੍ਰਗਟਾਵੇ ਜਿਹੜੇ ਉਹ ਕੀਤੇ ਜਾਂਦੇ ਸੀ ਤੇ ਹੁਣ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਉਸ ਫੈਸਲਾ ਕੀ ਹੈ ਤੇ ਉਸਦੇ ਸਾਰਥਕ ਨਤੀਜੇ ਕੀ ਕੁਝ ਸਾਹਮਣੇ ਆ ਸਕਦੇ ਨੇ ਸਰ ਉਹ ਸਾਡੇ ਨਾਲ ਸਾਂਝ ਜ਼ਰੂਰ ਪਾਇਓ ਜੀ ਕੁਲਵਿੰਦਰ ਬਹੁਤ ਹੀ ਮਹੱਤਵਪੂਰਨ ਫੈਸਲਾ ਬਹੁਤ ਹੀ ਇਤਿਹਾਸਿਕ ਫੈਸਲਾ ਔਰ ਬਹੁਤ ਹੀ ਜ਼ਬਰਦਸਤ ਫੈਸਲਾ ਭਾਰਤ ਦੀ ਸੁਪਰੀਮ ਕੋਰਟ ਨੇ ਲਿਆ ਕੰਸਟੀਟਿਊਸ਼ਨ ਬੈਂਚ ਨੇ ਸੰਵਿਧਾਨਿਕ ਬੈਂਚ ਨੇ ਪੰਜ ਰੁਕਨੀ ਪੰਜ ਮੈਂਬਰੀ ਬੈਂਚ ਜਿਹਦੀ ਅਗਵਾਈ ਜਸਟਿਸ ਮਿਸਟਰ ਜਸਟਿਸ ਕੇ ਐਮ ਜੋਸਫ ਕਰ ਰਹੇ ਸੀਗੇ ਮੈਨੂੰ ਨਹੀਂ ਯਾਦ ਆਉਂਦਾ ਕਿ ਹਾਲੀਆ ਸਮੇਂ 'ਚ ਕੋਈ ਐਡਾ ਮਹੱਤਵਪੂਰਨ ਫੈਸਲਾ ਭਾਰਤ ਦੀ ਸੁਪਰੀਮ ਕੋਰਟ ਨੇ ਕੀਤਾ ਹੋਵੇ ਮਾਮਲਾ ਜਿਸ ਤਰ੍ਹਾਂ ਸਾਡੇ ਦਰਸ਼ਕ ਹੁਣ ਤੱਕ ਕੁਛ ਜਾਣਦੇ ਹੋਣਗੇ ਚੋਣ ਕਮਿਸ਼ਨ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਦਾ ਹੈ ਸਾਡੇ ਸੰਵਿਧਾਨ ਦੀ ਧਾਰਾ 324 ਵਿੱਚ ਲਿਖਿਆ ਗਿਆ ਕਿ ਭਾਰਤ ਦੇ ਵਿੱਚ ਚੋਣਾਂ ਦੀ ਪ੍ਰਕਿਰਿਆ ਕਰਾਉਣ ਲਈ ਇੱਕ ਆਜ਼ਾਦਾਨਾ ਚੋਣ ਕਮਿਸ਼ਨ ਬਣਾਇਆ ਜਾਏਗਾ ਜਿਹਦੇ ਜਿਹਦੀ ਨਿਯੁਕਤੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਜਿਹੜੀ ਹੈ ਸਾਡੀ ਉਹ ਕੋਈ ਕਾਨੂੰਨ ਬਣਾਏਗੀ ਕਿ ਉਹਦੀਆਂ ਨਿਯੁਕਤੀਆਂ ਕਿਸ ਤਰ੍ਹਾਂ ਹੋਣਗੀਆਂ ਇਹ ਜਿਹੜਾ ਚੋਣ ਕਮਿਸ਼ਨਰ ਹੈ ਇਹ ਇੱਕ ਸੰਵਿਧਾਨਿਕ ਸੰਸਥਾ ਹੈਗੀ ਹੈ ਕੰਸਟੀਟਿਊਸ਼ਨਲ ਆਫਿਸ ਹੈ ਬੜੇ ਇਹਦੇ ਵਸੀਹ ਅਧਿਕਾਰ ਨੇ ਔਰ ਕਿਸੇ ਵੀ ਦੇਸ਼ ਦਾ ਚੋਣ ਕਮਿਸ਼ਨ ਜਿਹੜਾ ਹੈ ਉਹ ਲੋਕਤੰਤਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੁੰਦਾ ਹੈ ਲੇਕਿਨ ਜਦੋਂ ਇਹ ਕਾਨੂੰਨ ਬਣ ਗਿਆ ਸੰਵਿਧਾਨ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦੀ ਨਿਯੁਕਤੀ ਵਾਸਤੇ ਯਾਨੀ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ ਜੋ ਕਿ ਸੰਵਿਧਾਨ 'ਚ ਕਿਹਾ ਗਿਆ ਸੀ ਕਿ ਤੁਸੀਂ ਬਣਾਓ ਉਹਨਾਂ ਨਿਯੁਕਤੀਆਂ ਨੂੰ ਸਰਕਾਰ ਦੇ ਹੱਥ ਦੇ ਵਿੱਚ ਹੀ ਰਹਿਣ ਦਿੱਤਾ ਗਿਆ ਜਿਸਨੂੰ ਵੇਲੇ ਦੀ ਸਰਕਾਰ ਯਾਨੀ ਪ੍ਰਧਾਨ ਮੰਤਰੀ ਜਾਂ ਰੂਲਿੰਗ ਪਾਰਟੀ ਚਾਹੁੰਦੀ ਸੀ ਉਸਨੂੰ ਚੋਣ ਕਮਿਸ਼ਨਰ ਲਗਾ ਦਿੱਤਾ ਜਾਂਦਾ ਸੀ ਔਰ ਮੁੱਖ ਚੋਣ ਕਮਿਸ਼ਨਰ ਬਣਾ ਦਿੱਤਾ ਜਾਂਦਾ ਸੀ ਲਿਹਾਜ਼ਾ ਹੋਇਆ ਕੀ ਕਿ ਆਜ਼ਾਦੀ ਤੋਂ ਬਾਅਦ ਤੇ ਬਹੁਤ ਸਾਲਾਂ ਤੱਕ ਤਕਰੀਬਨ 1990 ਤੱਕ ਚੋਣ ਕਮਿਸ਼ਨਰ ਦਾ ਜਿਹੜਾ ਰੋਲ ਹੈ ਉਹ ਬੜਾ ਹੀ ਨਿਖਿੱਧ ਜਿਹਾ ਰਿਹਾ ਚੋਣਾਂ ਆਉਂਦੀਆਂ ਸੀ ਚੋਣਾਂ ਕਰਵਾਤੀਆਂ ਜਾਂਦੀਆਂ ਸੀ ਕੋਈ ਚੋਣ ਜ਼ਾਬਤਾ ਨਹੀਂ ਕੋਈ ਕਿਸੇ ਕਿਸਮ ਦਾ ਕੰਟਰੋਲ ਨਹੀਂ ਔਰ ਉਹ ਮਤਲਬ ਬੜਾ ਹੀ ਇੱਕ ਅਜੀਬੋ ਗਰੀਬ ਜਿਹਾ ਸਿਸਟਮ ਸੀ ਫਿਰ 1990 ਦੇ ਵਿੱਚ ਜਦੋਂ ਸ਼੍ਰੀ ਚੰਦਰ ਸ਼ੇਖਰ ਜੀ ਥੋੜ੍ਹੇ ਜਿਹੇ ਸਮੇਂ ਲਈ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਖਾਲੀ ਹੋਈ ਸੰਸਥਾ ਉਹ ਅੱਛਾ ਪਹਿਲਾਂ ਕੀ ਹੁੰਦਾ ਸੀ ਕਿ ਸਿਰਫ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੀ ਹੁੰਦਾ ਸੀ ਹੋਰ ਕੋਈ ਇਲੈਕਸ਼ਨ ਕਮਿਸ਼ਨਰ ਨਹੀਂ ਲਗਾਏ ਜਾਂਦੇ ਸੀ ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਨੇ ਉਸ ਵੇਲੇ ਦੇ ਇੱਕ ਰਿਟਾਇਰਡ ਅਧਿਕਾਰੀ ਟੀ ਐਨ ਸੇਸ਼ਾਨ ਨੂੰ ਮੁੱਖ ਚੋਣ ਕਮਿਸ਼ਨਰ ਲਗਾਇਆ ਪਹਿਲੀ ਵਾਰੀ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਚੋਣ ਕਮਿਸ਼ਨਰ ਹੁੰਦਾ ਕੀ ਹੈ ਜਦੋਂ ਟੀ ਐਨ ਸੇਸ਼ਾਨ ਨੇ ਪੂਰੀ ਜ਼ਬਰਦਸਤੀ ਔਰ ਪੂਰਾ ਜ਼ੋਰ ਔਰ ਪਾਵਰ ਦਿਖਾਈ ਕਿ ਇਲੈਕਸ਼ਨ ਕਮਿਸ਼ਨ ਕਰ ਕੀ ਸਕਦਾ ਉਹਨਾਂ ਨੇ ਜਿਹੜੀਆਂ ਇਲੈਕਸ਼ਨ ਪੋਲੀਟੀਕਲ ਪਾਰਟੀਜ਼ ਆਪਣੀ ਮਨਮਰਜ਼ੀ ਕਰਦੀਆਂ ਸੀ ਉਹਨਾਂ ਨੂੰ ਕਾਬੂ 'ਚ ਲਿਆਂਦਾ ਇਲੈਕਸ਼ਨ ਦੇ ਖਰਚੇ ਦਾ ਜਿਹੜਾ ਹੈ ਮਸਲਾ ਦੇਖਿਆ ਅਫਸਰਾਂ ਨੂੰ ਜਿਹੜਾ ਜਿਹੜੇ ਅਫਸਰ ਪੋਲੀਟੀਕਲ ਪਾਰਟੀਆਂ ਨਾਲ ਮਿਲ ਕੇ ਉਹਨਾਂ ਨੂੰ ਅਣਚਾਹੀ ਆਜ਼ਾਦੀ ਦਿੰਦੇ ਸੀ ਇਲੈਕਸ਼ਨਾਂ 'ਚ ਉਹਨਾਂ ਨੂੰ ਉਹਨਾਂ ਨੇ ਬਿਲਕੁਲ ਦਬਾਇਆ ਕਿ ਤੁਸੀਂ ਬਿਲਕੁਲ ਅਨੁਸ਼ਾਸਨ 'ਚ ਰਹਿ ਕੇ ਇਹ ਕੰਮ ਕਰੋ ਔਰ ਕੋਡ ਆਫ ਕੰਡਕਟ ਜਿਹੜਾ ਹੈ ਉਹ ਲਾਗੂ ਕੀਤਾ ਪਾਰਟੀਜ਼ ਨੂੰ ਮਿਲ ਕੇ ਯਾਨੀ 6 ਸਾਲ ਟੀ ਐਨ ਸੇਸ਼ਾਨ
ਚੋਣ ਕਮਿਸ਼ਨਰ ਰਹੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਔਰ ਉਹਨਾਂ ਨੇ ਬਹੁਤ ਵੱਡੇ ਸਤਰ ਤੇ ਸੁਧਾਰ ਲਿਆਂਦੇ ਆਪਣੇ ਤੌਰ ਤੇ ਲੇਕਿਨ ਉਸ ਦੌਰਾਨ ਸਰਕਾਰ ਬਦਲ ਗਈ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣੇ ਔਰ ਸਰਕਾਰ ਨੂੰ ਲੱਗਿਆ ਕਿ ਟੀ ਐਨ ਸ਼ੇਸ਼ਾਂ ਨੂੰ ਕਾਬੂ 'ਚ ਲਿਆਉਣਾ ਚਾਹੀਦਾ ਤੇ ਉਹਨਾਂ ਨੇ ਪਹਿਲੀ ਵਾਰੀ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਦੇ ਨਾਲ ਦੋ ਚੋਣ ਕਮਿਸ਼ਨਰ ਵੀ ਨਿਯੁਕਤ ਕੀਤੇ ਗਏ ਯਾਨੀ ਪਹਿਲੀ ਵਾਰੀ ਇਹ ਇੱਕ ਮਲਟੀ ਮੈਂਬਰ ਬਾਡੀ ਜਿਹੜੀ ਹੈ ਬਣੀ ਗਈ ਲੇਕਿਨ ਫਿਰ ਉਹ ਆਪਣੀ ਮਰਜ਼ੀ ਨਾਲ ਹੀ ਕੀਤੇ ਕਿਉਂਕਿ ਸੰਵਿਧਾਨ 'ਚ ਜੋ ਕਿਹਾ ਗਿਆ ਸੀ ਕਿ ਇਹਦੇ ਲਈ ਕੋਈ ਕਾਨੂੰਨ ਬਣਾਇਆ ਜਾਊਗਾ ਕਿ ਨਿਯੁਕਤੀਆਂ ਕਿੱਦਾਂ ਹੋਣਗੀਆਂ ਇਹਨਾਂ ਦੇ ਟਰਮਸ ਆਫ ਜੋਬ ਕੀ ਹੋਣਗੇ ਟਰਮਸ ਆਫ ਰੈਫਰੈਂਸਿਸ ਕੀ ਹੋਣਗੀਆਂ ਕੁਛ ਨਹੀਂ ਕੀਤਾ ਗਿਆ ਲਿਹਾਜ਼ਾ ਸਿੱਟੇ ਵਜੋਂ ਟੀ ਐਨ ਸੁਸ਼ਾਂਤ ਤੋਂ ਬਾਅਦ ਕੁਛ ਦੇਰ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਫਿਰ ਕੁਛ ਚੱਲਿਆ ਠੀਕ ਉਹਨਾਂ ਤੋਂ ਬਾਅਦ ਜੀ ਵੀ ਜੀ ਕ੍ਰਿਸ਼ਨਾ ਮੂਰਤੀ ਫਿਰ ਮਨੋਹਰ ਸਿੰਘ ਗਿੱਲ ਔਰ ਫਿਰ ਐਸ ਵਾਈ ਕੁਰੈਸ਼ੀ ਜਿਹੜੇ ਹੈ ਉਹ ਚੀਫ ਇਲੈਕਸ਼ਨ ਕਮਿਸ਼ਨਰ ਬਣੇ ਫਿਰ ਵੀ ਕੰਮ ਕੁਛ ਤਸੱਲੀ ਬਖਸ਼ ਰਿਹਾ ਲੇਕਿਨ ਜਦੋਂ ਦੀ ਇਹ ਸਾਡੇ ਸਰਕਾਰ ਦਿੱਲੀ ਵਿੱਚ ਬਦਲੀ ਫਿਰ ਬੀਜੇਪੀ ਦੀ ਸਰਕਾਰ ਬਣੀ ਤਾਂ ਫਿਰ ਉਹੀ ਹੱਲ ਸ਼ੁਰੂ ਹੋ ਗਿਆ ਉਹਨਾਂ ਨੇ ਆਪਣੀ ਮਨ ਮਰਜ਼ੀ ਦੇ ਰਿਟਾਇਰਡ ਆਈ ਏ ਐਸ ਆਫਿਸਰ ਜਿਹੜੇ ਹੈ ਜਿਹੜੇ ਉਹਨਾਂ ਦੇ ਖਾਸ ਚਹੇਤੇ ਸੀ ਕਾਂਗਰਸ ਪਹਿਲਾਂ ਵੀ ਕਰਦੀ ਸੀ ਪਹਿਲਾਂ ਵੀ ਇਹ ਹੁੰਦਾ ਰਿਹਾ ਲੇਕਿਨ ਇਸ ਤਰ੍ਹਾਂ ਜਿਹੜਾ ਹੈ ਉਸਦਾ ਜਿਹੜਾ ਕੰਮਕਾਰ ਉਸ ਤਰ੍ਹਾਂ ਦਾ ਭੇਦਭਾਵ ਵੱਧ ਗਿਆ ਉਹਨਾਂ ਨੇ ਉਹ ਲਗਾਉਣੇ ਸ਼ੁਰੂ ਕਰ ਦਿੱਤੇ ਔਰ ਐਜ਼ ਏ ਰਿਜ਼ਲਟ ਫਿਰ ਇਲੈਕਸ਼ਨ ਦੀ ਜਿਹੜੀ ਇੰਪਾਰਸ਼ੀਅਲਿਟੀ ਜਿਹੜੀ ਨਿਰਪੱਖਤਾ ਹੈ ਉਸ 'ਤੇ ਸਵਾਲ ਉੱਠਣ ਲੱਗ ਗਏ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਕਾਰਜ ਸ਼ੈਲੀ ਦੇ ਉੱਤੇ ਨਿਰਪੱਖਤਾ 'ਤੇ ਸਵਾਲ ਉੱਠਣ ਲੱਗ ਗਏ ਤੋ ਕਾਫੀ ਦੇਰ ਤੋਂ ਔਰ ਖਾਸ ਤੌਰ 'ਤੇ ਤਕਰੀਬਨ ਥੋੜ੍ਹੀ ਦੇਰ ਪਹਿਲਾਂ ਮੋਦੀ ਸਰਕਾਰ ਨੇ ਇੱਕ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਅਰੁਣ ਗੋਇਲ ਵੈਕੈਂਸੀ ਖਾਲੀ ਹੋਈ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਔਰ ਚੋਣ ਕਮਿਸ਼ਨਰ ਦੀ ਨਿਯੁਕਤੀ ਇੰਨੀ ਤੇਜ਼ੀ ਨਾਲ ਕੀਤੀ ਗਈ ਕਿ 24 ਘੰਟੇ ਦੇ ਵਿੱਚ ਸਾਰੀਆਂ ਫਾਈਲਸ ਜਿਹੜੀਆਂ ਹੈ ਉਹ ਕਲੀਅਰ ਕਰਕੇ ਉਹਨਾਂ ਨੂੰ ਨਿਯੁਕਤ ਕਰਤਾ ਗਿਆ ਉਸ ਨਿਯੁਕਤੀ ਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਪ੍ਰਤੀਕਰਮ ਹੋਇਆ ਦੂਸਰੇ ਰਾਜਨੀਤਿਕ ਦਲਾਂ ਤੋਂ ਔਰ ਲੋਕਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਕਿਉਂ ਕੀਤਾ ਗਿਆ ਇੰਨੀ ਕੀ ਖਾਸੀਅਤ ਸੀ ਕਿ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਸਰਕਾਰ ਯੂਜ਼ ਕਰਦੀ ਹੈ ਆਪਣੇ ਪੋਲੀਟੀਕਲ ਪਰਪਸ ਵਾਸਤੇ ਡੇਟਸ ਜਿਹੜੀਆਂ ਇਲੈਕਸ਼ਨਾਂ ਦੀਆਂ ਤੈਅ ਹੁੰਦੀਆਂ ਉਹ ਰੂਲਿੰਗ ਪਾਰਟੀ ਦੀ ਮਰਜ਼ੀ ਨਾਲ ਹੁੰਦੀਆਂ ਔਰ ਫਿਰ ਕਿੱਥੇ ਕਿਸ ਚੀਜ਼ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨਾ ਹੋਰ ਸਾਰਾ ਕੁਛ ਜਿਹੜਾ ਹੈ ਪਿੱਛੇ ਅਸੀਂ ਦੇਖਿਆ ਕਿ ਜੇ ਤੇ ਕੋਈ ਆਪੋਜੀਸ਼ਨ ਪਾਰਟੀ ਦਾ ਬੰਦਾ ਕੁਛ ਬੋਲੇ ਤੇ ਉਹਨੂੰ ਕਹਿਤਾ ਜਾਂਦਾ ਕਿ ਇਹ ਭੜਕਾਊ ਭਾਸ਼ਣ ਦਿੱਤਾ ਰੂਲਿੰਗ ਪਾਰਟੀ ਦੇ ਭੜਕਾਊ ਭਾਸ਼ਣ ਤੇ ਨੂੰ ਜਿਹੜਾ ਹੈ ਉਹ ਚੋਣ ਕਮਿਸ਼ਨਰ ਜਿਹੜੇ ਹੈ ਉਹ ਅੱਖੋਂ ਓਹਲੇ ਕਰਦੇ ਰਹੇ ਸੋ ਕਾਫੀ ਇਹ ਜਿਹੜਾ ਹੈ ਉਹ ਕੰਟਰੋਵਰਸੀ ਦੇ ਵਿੱਚ ਆਇਆ ਰਿਹਾ ਹੈ ਤੋ ਇੱਕ ਫਿਰ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਜਿਸ ਦਾ ਨੋਟਿਸ ਲੈਂਦਿਆਂ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਕੰਸਟੀਟਿਊਸ਼ਨ ਬੈਂਚ ਨੂੰ ਉਹ ਰੈਫਰ ਕੀਤੀ ਔਰ ਉਸ 5 ਮੈਂਬਰੀ ਕੰਸਟੀਟਿਊਸ਼ਨ ਬੈਂਚ ਨੇ 2 ਦਿਨ ਪਹਿਲਾਂ ਜਸਟਿਸ ਕੇ ਐਮ ਜੋਸਫ ਦੀ ਅਗਵਾਈ ਵਾਲੇ ਉਸ ਬੈਂਚ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪਾਰਲੀਮੈਂਟ ਇਸ ਸੰਬੰਧੀ ਢੁਕਵਾਂ ਕਾਨੂੰਨ ਨਹੀਂ ਬਣਾਉਂਦੀ ਜੋ ਕਿ ਆਰਟੀਕਲ 324 ਦੇ ਮੁਤਾਬਕ ਬਣਾਇਆ ਜਾਣਾ ਚਾਹੀਦਾ ਸੀ ਉਦੋਂ ਤੱਕ ਚੋਣ ਕਮਿਸ਼ਨਰ ਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਇੱਕ ਕਮੇਟੀ ਕਰੇਗੀ ਜਿਹਦੇ ਵਿੱਚ 3 ਲੋਕ ਹੋਣਗੇ ਪ੍ਰਧਾਨ ਮੰਤਰੀ ਸਾਡੇ ਮੁੱਖ ਨਿਆਂਧੀਸ਼ ਯਾਨੀ ਚੀਫ ਜਸਟਿਸ ਆਫ ਇੰਡੀਆ ਤੇ ਲੀਡਰ ਆਫ ਦੀ ਆਪੋਜੀਸ਼ਨ ਇਹ ਮਿਲ ਕੇ ਫੈਸਲਾ ਕਰਨਗੇ ਪ੍ਰਧਾਨ ਮੰਤਰੀ ਜਾਂ ਸਰਕਾਰ ਇਕੱਲੀ ਆਪਣੀ ਮਰਜ਼ੀ ਨਾਲ ਨਹੀਂ ਕਰੂਗੀ ਨੰਬਰ 1 ਨੰਬਰ 2 ਜਿਹੜੀ ਗੱਲ ਕੀਤੀ ਗਈ ਕਿ ਇਹਨਾਂ ਦੀ ਜਿਹੜੀ ਤਨਖਾਹ ਹੈ ਉਹ ਲਾਅ ਮੰਤਰਾਲੇ ਤੋਂ ਨਹੀਂ ਆਊਗੀ ਕਾਨੂੰਨ ਮੰਤਰਾਲੇ ਤੋਂ ਨਹੀਂ ਆਊਗੀ ਉਹ ਕੰਸੋਲੀਡੇਟਿਡ ਫੰਡ ਆਫ ਇੰਡੀਆ ਯਾਨੀ ਉਸ ਫੰਡ ਦੇ ਵਿੱਚੋਂ ਜਿੱਥੋਂ ਰਾਸ਼ਟਰਪਤੀ ਤਨਖਾਹ ਡਰਾਅ ਕਰਦੇ ਔਰ ਜਿਸ 'ਤੇ ਕੇਵਲ ਸਾਡੇ ਰਾਸ਼ਟਰਪਤੀ ਦਾ ਅਧਿਕਾਰ ਹੈ ਉਸ 'ਚ ਸਰਕਾਰ ਦੀ ਦਖਲ ਅੰਦਾਜ਼ੀ ਨਹੀਂ ਹੈ ਉੱਥੋਂ ਇਹਨਾਂ ਦੀ ਤਨਖਾਹ ਆਊਗੀ ਯਾਨੀ ਇਹ ਸਾਰੀ ਕਵਾਇਤ ਦਾ ਮਤਲਬ ਇਹ ਸੀ ਕਿ ਇਲੈਕਸ਼ਨ ਕਮਿਸ਼ਨਰ ਤੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਬਿਲਕੁਲ ਸਰਕਾਰ ਦੇ ਪ੍ਰਭਾਵ ਜਾਂ ਦਬਾਅ ਤੋਂ ਜਿੰਨਾ ਬਾਹਰ ਕੱਢਿਆ ਜਾ ਸਕੇ ਤਾਂ ਕਿ ਉਹ ਨਿਰਪੱਖ ਹੋ ਕੇ ਕੰਮ ਕਰ ਸਕਣ ਤੀਸਰੀ ਗੱਲ ਉਹਦੇ 'ਚ ਇਹ ਕੀਤੀ ਗਈ ਕਿ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਚੋਣ ਕਮਿਸ਼ਨਰ ਸੀ ਉਹਨਾਂ ਨੂੰ ਜੇ ਹਟਾਉਣਾ ਹੁੰਦਾ ਸੀ ਤਾਂ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਜਿਹੜੇ ਹੈ ਉਹ ਆਪਸੀ ਸਹਿਮਤੀ ਨਾਲ ਉਹਨਾਂ ਨੂੰ ਹਟਾ ਦਿੰਦੇ ਸੀ ਜਦੋਂ ਕਿ ਮੁੱਖ ਚੋਣ ਕਮਿਸ਼ਨਰ ਨੂੰ ਪਾਰਲੀਮੈਂਟ ਦੇ ਵਿੱਚ ਇੰਪੀਚਮੈਂਟ ਦੇ ਥਰੂ ਜਿਹੜਾ ਹੈ ਮਹਾਅਭਿਯੋਗ ਨਾਲ ਹੀ ਹਟਾਇਆ ਜਾ ਸਕਦਾ ਹੁਣ ਇਹ ਕਹਿਤਾ ਗਿਆ ਕਿ ਚਾਹੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਾਂ ਸਾਡੇ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਕੇਵਲ ਔਰ ਕੇਵਲ ਪਾਰਲੀਮੈਂਟ ਦੇ ਵਿੱਚ ਮਹਾਅਭਿਯੋਗ ਚਲਾ ਕੇ ਇੰਪੀਚਮੈਂਟ ਮੋਸ਼ਨ ਦੇ ਨਾਲ ਹੀ ਹਟਾਇਆ ਜਾ ਸਕੇਗਾ ਯਾਨੀ ਬਹੁਤ ਹੱਦ ਤੱਕ ਜਿਹੜੀ ਹੈ ਜਿਹੜੇ ਚੋਣ ਕਮਿਸ਼ਨਰ ਤੇ ਮੁੱਖ ਚੋਣ ਕਮਿਸ਼ਨਰ ਉਹ ਆਜ਼ਾਦ ਹੋ ਗਏ ਹੈ ਸਰਕਾਰ ਦੇ ਦਬਾਅ ਤੋਂ ਜਿਹੜਾ ਕਿ ਪਹਿਲਾਂ ਹੁੰਦਾ ਸੀ ਤੋ ਇਸ ਕਰਕੇ ਇਸ ਨੂੰ ਸਾਰੇ ਹੀ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਸਲਾਹਿਆ ਜਾ ਰਿਹਾ ਹੈ ਇੱਕ ਹੋਰ ਬੜੀ ਮਹੱਤਵਪੂਰਨ ਡਿਵੈਲਪਮੈਂਟ ਇਹ ਹੋਈ ਕਿ ਜਦੋਂ ਇਸ ਸਾਰੇ ਮਸਲੇ ਤੇ ਵਿਚਾਰ ਕੀਤਾ ਜਾ ਰਿਹਾ ਸੀ ਦਲੀਲਾਂ ਦਿੱਤੀਆਂ ਜਾ ਰਹੀਆਂ ਸੀ ਤਾਂ ਸੁਪਰੀਮ ਕੋਰਟ ਆਫ ਇੰਡੀਆ ਦੇ ਕੰਸਟੀਟਿਊਸ਼ਨ ਬੈਂਚ ਨੇ ਖਾਸ ਤੌਰ ਤੇ ਨੋਟ ਕੀਤਾ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨਰ ਅਰੁਣ ਗੋਇਲ ਨੂੰ ਇੰਨੀ ਕਾਹਲੀ ਨਾਲ ਜਿਹੜਾ ਹੈ
नियुक्त किया गया। उसके विच सुप्रीम कोर्ट ने कहा कि इट हैज बीन डन विद अ लाइटनिंग स्पीड के बिजली वाली रफ्तार नाल ये नियुक्ति की गई, जिस करके ये उत्ते जड़ा है शक की नज़र पैंदी है। तो मैं समझना कि ये एक बहुत वड्डी इंडाइटमेंट है जिहड़ा इलेक्शन कमिश्नर है, जो साडा किसी वेले चंगा समा हुंदा सी, जे उस वेले कोई इलेक्शन कमिश्नर हुंदे तां हुण तक शायद वह नैतिक आधार से आप ही इस्तीफा दे दिंदे, पर हुण हालात इहो जिहे है कि मैनूं नहीं लगता कि वह अफसर इस्तीफा देणगे। और ये साडे नागरिक शासन से साडे जिहड़े लोग ने साडे सिविल सोसाइटी है उन्होंने चाहिए कि वह इस गल की मंग उठाउण मीडिया के विच और इकट्ठे हो के कि इस तरह की जिहड़ी कीती हालिया नियुक्ति हुई है अरुण गोयल की उसनू रद्द किया जाए या उन्होंने दबाव बनाया जाए कि इस्तीफा देन, ताकि इस महत्वपूर्ण संस्था की जिहड़ी है वह निरपक्षता से आजादी बरकरार हो सके। सो यह बहुत ही एक महत्वपूर्ण फैसला है। तुसी एक सवाल पूछा कि इहदे नतीजे की होणगे आने वाले समय, जदों यह नियुक्तियां निरपक्ष ते चीफ जस्टिस ते लीडर ऑफ द ऑपोजिशन की राय नाल होणगियां तां जाहिर है ऐसे व्यक्ति ही अपॉइंट होंगे जिहड़े सारयां नूं स्वीकार होण, जिहड़े कोई पक्षपात तों उपर होण। तो जाहिर है जदों इहो जे चीफ इलैक्शन कमिश्नर जां इलैक्शन कमिश्नर होणगे तां उह बहुत ही आजादाना तरीके नाल सरकार दे दबाव तों परे होके चोणां कराउणगे, और चोणां च जिहड़ी कोई गड़बड़ होण दी अंदेशा जां इल्जाम लगदे है, चाहे वह सच्चे है झूठे, असीं उस दे विच नहीं जांदे, पर एक मौका मिल जांदा विरोधी दलां नूं सरकार ते उंगली उठाउण दा कि देखिए जी इन्हां ने इस तरह की है, या चोन कमिश्नर नूं प्रभावित किया, या डेट्स अपनी मर्जी के मुताबिक नाल दित्तियां, या होर पक्षपात किया, उस तों बच जाएगा और साडी इहदे नाल साडा लोकतंत्र जिहड़ा है वह दोबारा तो जिहड़ा है वह मजबूत होएगा। साडे दर्शकां नूं इह वी जानना चाहिए कि साडा लोकतंत्र की जिहड़ी क्वालिटी है, जिहड़ी उहदी दशा है, पिछले सालां दे विच खराब हुई है। जो जिस तरह की साडी रूलिंग पार्टी ने, केंद्र की रूलिंग पार्टी ने जिस तरह की सियासत चलाई है इस देश के, एक मेजोरिटेरियन जिहड़ा है कल्चर डिवेलप किया, माइनोरिटी ओपीनियन नूं बिल्कुल अखों परोखे करके और साडे राष्ट्रवाद की परिभाषा नूं भी बदलने की कोशिश की है, और होर कई तरह दी जिहड़ियां अणसुखावियां गल्लां कीतियां, उहदे नाल साडा लोकतंत्र काफ़ी कमजोर होया। साडी जिहड़ी बाहरली दुनिया के भी निखेती हो रही है कि किसी वेले असीं बहुत अच्छा परफॉर्म कर रहे सीगे, लेकिन हुण काफ़ी असीं डाउन स्लाइड हो गए हैं उहदे विच। तो मेनू मेरी उम्मीद है मैनू कि इस प्रावधान के नाल, इस फैसले नाल काफ़ी कुछ जिहड़ा है विगड़ रहा सीगा वह रुक जाएगा, ना सिर्फ रुक ही जाएगा बल्कि काफ़ी कुछ दोबारा तो सुधरन वाले पासे तुरेगा। तो इस करके बहुत महत्वपूर्ण चीज है। जी जी सर जी, तुसी कुछ बोल रहे जी सर, कंटिन्यू करो। हाँ जी, मैं बस यही कह रहा कि ये जिहड़ा लोकतंत्र है, ठीक है सुप्रीम कोर्ट ने इंटरवीन किया, ये जिहड़े चंगे लोकतंत्री समाज है उत्थे इहो जिही गल्लां सुप्रीम कोर्ट नूं नहीं करनियां पैंदियां, क्योंकि उत्थे नागरिक ही इन्ने सजग हुंदे है कि वह खुद इहो जिही राय शुमारी करदे है कि सरकार नूं नागरिकां दे दबाव दे डर तों इहो जिहे प्रावधान करने पैंदे है। लेकिन साडे वर्गे देशां विच जिथे नागरिक बहुते सुलझे हुए नहीं, जिथे अनपढ़ता है, जिथे बहुत वड्डी गरीबी है, लोगों नूं समझ नहीं है साडे पोलिटिकल सिस्टम की, और इत्थे फिर धर्म और जात या भाषा के आधार पर लोगों नूं जिहड़ा है आपस लड़ा दिता जांदा है, उत्थे फिर मजबूरन सुप्रीम कोर्ट नूं इस तरह की दखल अंदाजी करनी पैंदी है। तो वह उन्होंने कीती और इसका साडे समाज के आने वाले दिनों बहुत चंगा जिहड़ा है प्रभाव पएगा, और जिहड़ा खोरा लग रहा सी साडे लोकतंत्र नूं, मैनूं पूरी उम्मीद है कि वह रुकेगा और असीं दोबारा तो एक नवें युग के हौली हौली आवांगे। जी बिल्कुल सर बिल्कुल, जिहड़ा 2024 दीआं देश दीआं चोणां तों पहलां सुप्रीम कोर्ट दा इह बहुत अहम फैसला है, तो हो बिल्कुल तुहाडी गल ठीक है कि इस दे नाल लोकतंत्र जिहड़ा वह मजबूत होवेगा। तो असीं आस करदे हां कि जिहड़े मौजूदा, जिस तरह तुसीं बड़ा विस्तारपूर्वक दस्सिया है कि जिहड़े मौजूदा जिहड़े चोण कमिश्नर हैगे ने, जो चीफ मुख्य चोण कमिश्नर ने, जिस तरह तुसीं दस्सिया कि उन्हां नूं तुरंत प्रभाव दे नाल ही लगा दिता गया सी, बहुत तेजी दे नाल उन्हां दी नियुक्ति की गई, तो असीं सारी आस करांगे कि वह एक पासे जिहड़ा खुद ब खुद हो जाणगे। तो उस तों बाद जिस तरह सुप्रीम कोर्ट का फैसला हैगा कि सारिया होर भी विरोधी धिरां ते नाल ही जिहड़ा बाकी सारे एक सहमति दे नाल जिहड़ी आ उह नियुक्ति करनगे, तां अजिही नियुक्ति होगी। तो 2024 दीआं चोणां जिहड़ियां ने उह सरकार अजिहे जिहड़े आ चोण कमिश्नर होणगे जां मुख्य चोण कमिश्नर होणगे उन्हां दी अगवाई दे हेठ जिहड़ी आ उह करेगी। सर ते अगला सवाल, सर अगला सवाल सर ये हैगा कि अमृतपाल होणी जिहड़े ने, जो कि वारस पंजाब जथेबंदी दे आगू हैगे ने, बीते दिनां ते काफ़ी विवाद जिहड़े उन्हां दे नाल जुड़े रहे,
ਤੇ ਕੱਲ ਜਿਹੜਾ ਇੱਕ ਫੈਸਲਾ ਸਰ ਜਿਹੜਾ ਕੱਲ ਇੱਕ ਮੀਟਿੰਗ ਹੋਈ ਇੱਕ ਮੀਟਿੰਗ ਸੀਆ ਭਗਵੰਤ ਮਾਨ ਤੇ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਦੇ ਵਿਚਾਲੇ ਹੋਈ ਤੇ ਉਸ ਤੋਂ ਬਾਅਦ ਜਿਹੜਾ ਉਹ ਟੁਕੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਮੰਗਾਈਆਂ ਗਈਆਂ ਤੇ ਉਸੇ ਦੇ ਦਰਮਿਆਨ ਚੱਲਦਿਆਂ ਅੱਜ ਇੱਕ ਮੀਟਿੰਗ ਜਿਹੜੀ ਆ ਜਹਿਦਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਹੈ ਅੰਮ੍ਰਿਤਪਾਲ ਹੋਣਾ ਦੀ ਸਰ ਕੀ ਕੁਝ ਮਾਇਨੇ ਕੱਢੇ ਜਾ ਸਕਦੇ ਨੇ ਉਸ ਮੀਟਿੰਗ ਦੇ ਜੀ ਮਾਇਨੇ ਤੇ ਇਹੀ ਨਿਕਲਦੇ ਆ ਕਿ ਅਜਨਾਲਾ ਵਿਖੇ ਜੋ ਕੁਝ ਹੋਇਆ ਜੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਲਿਜਾਇਆ ਗਿਆ ਉਹ ਸਾਰੇ ਜਿਹੜਾ ਉੱਥੇ ਦੰਗਾ ਫਸਾਦ ਹੋਇਆ ਥਾਣੇ ਦੇ ਵਿੱਚ ਉਸ ਦੀ ਆਮ ਜਿਹੜੇ ਲੋਕ ਨੇ ਪੰਜਾਬ ਦੇ ਔਰ ਇਸ ਦੇਸ਼ ਦੇ ਉਹ ਬੜੇ ਹੈਰਾਨ ਨੇ ਨਿਖੇਧੀ ਕਰ ਰਹੇ ਨੇ ਕਿ ਇਹ ਹੋ ਕੀ ਰਿਹਾ ਹੈਗਾ ਲੋਕਾਂ ਨੂੰ ਸ਼ੱਕ ਦੀ ਸੂਈ ਜਿਹੜੀ ਹੈ ਲੋਕ ਉੱਠਦੀ ਹੈ ਕਿ ਇਹ ਲੋਕ ਜਿਹੜੇ ਨੇ ਇਹਨਾਂ ਦੇ ਮਨਸ਼ੇ ਕੀ ਨੇ ਕੀ ਇਹ ਕਿਸੇ ਰਾਜਨੀਤਿਕ ਏਜੰਡੇ ਦੇ ਤਹਿਤ ਕਿਸੇ ਏਜੰਸੀ ਦੇ ਇਸ਼ਾਰਿਆਂ ਤੇ ਖੇਲ ਰਹੇ ਹੈ ਜੋ ਪੰਜਾਬ ਦੇ ਵਿੱਚ ਇੱਥੋਂ ਦੇ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਹੈ ਉਸ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ ਕੋਈ ਚੋਣਾਂ ਦੇ ਆਉਣ ਗੇੜ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਰਾਜਨੀਤਿਕ ਦਲ ਇਸ ਤਰ੍ਹਾਂ ਦੀ ਸਾਜਿਸ਼ ਕਰ ਰਿਹਾ ਹੈ ਤਾਂ ਬੜੇ ਕਿਸਮ ਦੇ ਸਵਾਲ ਨੇ ਲੋਕਾਂ ਦੇ ਔਰ ਉਹ ਸਵਾਲ ਬੜੇ ਜਾਇਜ਼ ਨੇ ਕਿਉਂਕਿ ਅੱਜ ਤੋਂ ਤਕਰੀਬਨ 35-37 ਸਾਲ ਪਹਿਲਾਂ ਪੰਜਾਬ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਹੀ ਬਹੁਤ ਬੜੀ ਕੀਮਤ ਅਦਾ ਕੀਤੀ ਸਿਚੁਏਸ਼ਨ ਜਿਹੜੀ ਹੈ ਇਸ ਤਰ੍ਹਾਂ ਦੀ ਹੀ ਬੰਦੀ ਹੱਥੋਂ ਬਾਹਰ ਹੋ ਗਈ ਔਰ ਇਸ ਕਰਕੇ ਲੋਕਾਂ ਨੂੰ ਬੜਾ ਇਸ ਦੇ ਉੱਤੇ ਜਿਹੜਾ ਹੈ ਉਹ ਇੱਕ ਕੁਐਸਚਨ ਮਾਰਕ ਲੋਕ ਲਗਾਉਂਦੇ ਹੈ ਜ਼ਾਹਿਰ ਹੈ ਅੰਮ੍ਰਿਤਪਾਲ ਵੀ ਇੱਕ ਪ੍ਰੈਸ਼ਰ 'ਚ ਹੈਗੇ ਇਸ ਤੋਂ ਬਾਅਦ ਔਰ ਕੇਂਦਰ ਸਰਕਾਰ ਜਿਹੜੀ ਹੈ ਉਹ ਇਸ ਬਹਾਨੇ ਇੱਥੇ ਕੋਈ ਸਖ਼ਤ ਕਦਮ ਲੈ ਸਕਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜਾਂ ਕਈ ਵਾਰ ਇਹ ਵੀ ਖਰਚਾ ਪ੍ਰਗਟ ਕੀਤਾ ਜਾਂਦਾ ਕਿ ਜੀ ਪੰਜਾਬ ਦੀ ਸਰਕਾਰ ਜਿਹੜੀ ਹੈ ਉਸਨੂੰ ਡਿਸੋਲਵ ਕਰਕੇ ਗਵਰਨਰੀ ਰੂਲ ਲਗਾ ਦਿੱਤਾ ਜਾਵੇ ਉਸ ਤਰ੍ਹਾਂ ਦਾ ਸਾਰਾ ਕਰੇ ਤਾਂ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਮੈਂ ਖਬਰਾਂ ਸੁਣੀਆਂ ਕਿ ਉਹ ਬਿਨਾਂ ਬੁਲਾਏ ਹੀ ਜਥੇਦਾਰ ਆਫ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣ ਚਲੇ ਗਏ ਉਸ ਮੀਟਿੰਗ ਦੇ ਵਿੱਚ ਉਹਨਾਂ ਦੀ ਕੀ ਗੱਲਬਾਤ ਹੋਈ ਇਹਦਾ ਕੋਈ ਸਾਡੇ ਕੋਲ ਅਧਿਕਾਰਿਕ ਤੌਰ ਤੇ ਕੋਈ ਜਾਣਕਾਰੀ ਨਹੀਂ ਹੈਗੀ ਪਰ ਲੱਗਦਾ ਇਸ ਤਰ੍ਹਾਂ ਕਿ ਉਹ ਹੁਣ ਕੁਛ ਪ੍ਰੈਸ਼ਰ ਦੇ ਵਿੱਚ ਆਏ ਨੇ ਕਿਉਂਕਿ ਅਜਨਾਲਾ ਕਾਂਡ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜਾ ਹੈ ਦਬਾਅ ਪਬਲਿਕ ਓਪੀਨੀਅਨ ਦਾ ਖਾਸ ਤੌਰ ਤੇ ਸਿੱਖ ਹਲਕੇ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਲਿਜਾ ਕਿਉਂਕਿ ਇੱਕ ਪਾਸੇ ਅਸੀਂ ਆਲਰੇਡੀ ਲੜ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੇਹੁਰਮਤੀ ਕੀਤੀ ਗਈ ਉਹ ਕੇਸ ਜਿਹੜਾ ਬਰਗਾੜੀ ਵਾਲਾ ਔਰ ਦੂਸਰਾ ਸਾਰਾ ਚੱਲ ਰਿਹਾ ਹੈਗਾ ਤੇ ਇੱਥੇ ਅਸੀਂ ਐਸੇ ਲੋਕਾਂ ਦਾ ਇੱਕ ਜਮਾਵੜਾ ਜਿਹੜੇ ਬਿਲਕੁਲ ਬੇਕਾਬੂ ਸੀ ਔਰ ਕੁਛ ਕੁਛ ਸੀਨ ਇੱਦਾਂ ਦੇ ਵੀ ਨਜ਼ਰ ਆਏ ਕਿ ਸ਼ਾਇਦ ਉਹ ਕਿਸੇ ਪ੍ਰਭਾਵ ਦੇ ਵਿੱਚ ਸੀ ਕੋਈ ਨਸ਼ੇ ਦੇ ਪ੍ਰਭਾਵ 'ਚ ਕੀ ਸੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ ਉਹ ਉੱਥੇ ਲਿਜਾਇਆ ਗਿਆ ਥਾਣੇ ਦੇ ਸਾਹਮਣੇ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਇੱਕ ਵਾਇਓਲੇਸ਼ਨ ਹੈ ਉਸ ਮਰਿਆਦਾ ਦੀ ਤੋ ਉਸ ਕਰਕੇ ਸ਼ਾਇਦ ਉਹ ਹੁਣ ਆਪਣੇ ਆਪ ਨੂੰ ਇਸ ਤੋਂ ਬਾਹਰ ਆਉਣ ਲਈ ਜਾਂ ਇਸ ਦਾ ਕੋਈ ਦਲੀਲ ਦੇਣ ਲਈ ਲੋਕਾਂ ਨੂੰ ਕਿ ਮੈਂ ਕੋਈ ਇਸ ਤਰ੍ਹਾਂ ਨਹੀਂ ਕੀਤਾ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣ ਚਲੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਕੁਝ ਹੋਰ ਡਿਵੈਲਪਮੈਂਟਸ ਹੋਣੀਆਂ ਬਹੁਤ ਅਹਿਮ ਗੱਲ ਮੇਰੇ ਖਿਆਲ ਦੇ ਵਿੱਚ ਉਹ ਵੀ ਹੈਗੀ ਹੈ ਕਿ 15 ਮੈਂਬਰੀ ਕਮੇਟੀ ਜਿਹੜੀ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਵੱਲੋਂ ਜਿਹੜੀ ਢਾਲ ਬਣਾਈ ਗਈ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਜਿਹੜਾ ਥਾਣੇ ਦੇ ਵਿੱਚ ਵੀ ਲਿਜਾਇਆ ਗਿਆ ਤੇ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤਿਆ ਗਿਆ ਉਸ ਮਸਲੇ ਦੇ ਉੱਤੇ ਇੱਕ 15 ਮੈਂਬਰੀ ਕਮੇਟੀ ਜਿਹੜੀ ਉਹ ਕੰਮ ਕਰ ਰਹੀ ਹੈ ਉਹਨਾਂ ਦੇ ਰਿਪੋਰਟ ਵੀ ਸੌਂਪਣੀ ਹੈ ਉਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਆ ਉਸਦੇ ਕਰਕੇ ਜਿਹੜੀ ਆਪਣੇ ਆਪ ਮੁਹਾਰੇ ਜਿਹੜੀ ਮੀਟਿੰਗ ਕ੍ਰੀਏਟ ਕੀਤੀ ਜਾਣੀ ਭਾਵੇਂ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਤਾਂ ਸ੍ਰੀ ਦਰਬਾਰ ਸਾਹਿਬ ਮੱਥਾ ਹੀ ਟੇਕਣ ਆਇਆ ਸੀ ਪਰ ਉਹ ਮੀਟਿੰਗ 2-2.5 ਘੰਟੇ ਮੀਟਿੰਗ ਚੱਲਣਾ ਉਸਦੇ ਕਰਕੇ ਜਿਹੜੇ ਬੜੇ ਸ਼ੰਕੇ ਖੜੇ ਹੋ ਰਹੇ ਨੇ ਸਰ ਬਿਲਕੁਲ ਸ਼ੰਕੇ ਹੈ ਉਹ ਤਰੀਕਾ ਲੱਭ ਰਹੇ ਆ ਕਿਸੇ ਤਰੀਕੇ ਨਾਲ ਆਪਣੇ ਆਪਣੇ ਇਸ ਬਹੁਤ ਹੀ ਅਜੀਬੋ ਗਰੀਬ ਹਰਕਤ ਨੂੰ ਲੈਜੀਟੀਮਾਈਜ਼ ਕਰਨ ਦੀ ਉਸ ਨੂੰ ਜਿਹੜਾ ਹੈ ਕੋਈ ਮਾਨਤਾ ਦਵਾਉਣ ਦੀ ਕੋਈ ਕੋਸ਼ਿਸ਼ ਕਰ ਰਹੇ ਹੋਣਗੇ ਜ਼ਾਹਿਰ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਕਿਉਂਕਿ ਜੋ ਅਸੀਂ ਪੰਜਾਬ 'ਚ ਭੁਗਤਿਆ ਸਾਡੇ ਲੋਕ ਘੱਟੋ ਘੱਟ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਾਅਦ ਸਿਆਣੇ ਹੋਏ ਹੈ ਔਰ ਜਿਸ ਤਰ੍ਹਾਂ ਮੈਂ ਆਮ ਲੋਕਾਂ 'ਚ ਦੇਖ ਰਿਹਾ ਲੋਕਾਂ ਦੇ ਵਿੱਚ ਇਸ ਦਾ ਬੜਾ ਨੋਟਿਸ ਲਿਆ ਜਾ ਰਿਹਾ ਕਿ ਹੋ ਕਿੱਦਾਂ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰੀਕੇ ਨਾਲ ਉੱਥੇ ਲਿਜਾਇਆ ਜਾ ਰਿਹਾ ਔਰ ਅਸੀਂ ਇੱਕ ਪਾਸੇ ਤਾਂ ਲੜਾਈ ਲੜ ਰਹੇ ਹਾਂ ਕਿ ਇਹਦੀ ਰਹਿਤ ਮਰਿਆਦਾ ਜਿਹੜੀ ਹੈ ਉਹ ਮੰਨੀ ਜਾਏ ਦੂਸਰੇ ਪਾਸੇ ਅਸੀਂ ਉੱਥੇ ਉਹਨੂੰ ਢਾਲ ਬਣਾ ਕੇ ਉੱਥੇ ਲੈ ਗਏ ਤੋ 15 ਮੈਂਬਰੀ ਕਮੇਟੀ ਜ਼ਾਹਿਰ ਹੈ ਉਹ ਇਸ ਤਰ੍ਹਾਂ ਦੀ ਜਿਹੜੇ ਸਿੱਖਾਂ ਦਾ ਸੈਂਟੀਮੈਂਟ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਔਰ ਉਹ ਜ਼ਰੂਰ ਇਸ ਤਰ੍ਹਾਂ ਦੀ ਕੋਈ ਗੱਲ ਕਹੇਗੀ ਉਹ ਇਸਦੀ ਨਿੰਦਾ ਕਰੇਗੀ ਔਰ ਇਸ ਚੀਜ਼ ਦਾ ਡਰ ਜਿਹੜਾ ਹੈ ਉਹ ਉਸ ਜਿਹੜੀ ਜਥੇਬੰਦੀ ਦੇ ਉਹ ਸੋ ਕਾਲਡ ਅੰਮ੍ਰਿਤਪਾਲ ਸਿੰਘ ਜਿਹੜੇ ਵੀ ਉਹਨਾਂ ਦੇ ਪ੍ਰਧਾਨ ਹੈ ਜੋ ਵੀ ਹੈ ਉਹ ਜਥੇਬੰਦੀ ਇਟਸੈਲਫ ਜਿਹੜੀ ਹੈ ਬੜੀ ਅਜੀਬੋ ਗਰੀਬ ਡੂਬੀਅਸ ਹੈ ਕਿੱਦਾਂ ਉਹ ਹੋਣ ਚਾਹੀ ਕਿਸਾਨ ਮੋਰਚੇ ਦੇ ਦੌਰਾਨ ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ ਦੀਪ ਸਿੱਧੂ ਦੀ ਅਗਵਾਈ ਦੇ ਵਿੱਚ ਔਰ ਸਾਰਾ ਹਰ ਚੀਜ਼ ਹਰ ਹਰਕਤ ਉਸਦੀ ਜਿਹੜੀ ਹੈ ਉਸ ਤੇ ਸਵਾਲੀਆ ਚਿੰਨ੍ਹ ਲੱਗਦਾ ਹੈ ਸ਼ੱਕ ਹੁੰਦਾ ਕਿ ਇਹ ਹੋ ਕੀ ਰਿਹਾ ਸੋ
ਜ਼ਰੂਰੀ ਹੈ ਕਿ ਜਿਹੜੇ ਸਿੱਖ ਜਥੇਬੰਦੀ ਹੈ, ਜਿਹੜੀ ਸਾਡੀ ਮਤਲਬ ਲੈਜੀਟੀਮੇਟ ਸੰਸਥਾ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉਹ ਕੋਈ ਹੁਣ ਤੋਂ ਹੀ ਇਹੋ ਜਿਹੇ ਸਟੈਪ ਲਵੇ ਕਿ ਇਹ ਕੱਲ੍ਹ ਨੂੰ ਕੋਈ ਬਹੁਤ ਵੱਡਾ ਮਸਲਾ ਨਾ ਕ੍ਰੀਏਟ ਹੋ ਜਾਏ, ਜਿਸ ਕਰਕੇ ਫਿਰ ਕੁਛ ਲੋਕਾਂ ਨੂੰ ਜਾਂ ਸਰਕਾਰ ਨੂੰ ਉਸ 'ਚ ਦਖਲ ਅੰਦਾਜ਼ੀ ਕਰਨਾ ਪਏ, ਫਿਰ ਅਸੀਂ ਇਲਜ਼ਾਮ ਲਗਾਈਏ ਕਿ ਸਾਡੇ ਦੇ ਉੱਤੇ ਜ਼ੁਲਮ ਕੀਤਾ ਗਿਆ, ਸਾਡੇ ਤੇ ਧੱਕਾ ਕੀਤਾ ਗਿਆ ਸਾਡੇ ਨਾਲ, ਪਹਿਲਾਂ ਹੀ ਅਸੀਂ ਇਸ ਤੋਂ ਬਚਾਅ ਕਰੀਏ। ਸੋ ਮੈਨੂੰ ਲੱਗਦਾ ਇਸੇ ਚੱਕਰ ਦੇ ਵਿੱਚ ਇਸ ਚੀਜ਼ ਦਾ ਅਹਿਸਾਸ ਹੈ ਅੰਮ੍ਰਿਤਪਾਲ ਨੂੰ, ਔਰ ਇਸੇ ਚੀਜ਼ ਦੇ ਸੰਬੰਧ ਦੇ ਵਿੱਚ ਸ਼ਾਇਦ ਉੱਥੇ ਗਏ ਹੋਣਗੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਹੋਰ ਕੀ ਨਿਕਲਦਾ ਇਸ ਦੇ ਵਿੱਚੋਂ। ਜੀ ਬਿਲਕੁਲ ਬਿਲਕੁਲ ਸਰ, ਜਿਹੜਾ ਆਸ ਤੇ ਸਾਰੇ ਜਿਹੜੀ ਸਿੱਖ ਸੰਗਤ ਹੈਗੀ ਆ ਜਾਂ ਪੰਜਾਬ ਦੇ ਲੋਕ ਹੈਗੇ ਨੇ, ਉਹ ਇਸ ਗੱਲ ਤੇ ਕਰ ਰਹੇ ਨੇ ਕਿ ਅਜਿਹਾ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਉਹ ਇਸ ਕਮੇਟੀ ਦੇ ਉੱਤੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਨਹੀਂ ਹੋਵੇਗਾ। ਉਹਨਾਂ ਦਾ ਫੈਸਲਾ ਜਿਹੜਾ ਬੜਾ ਜਿਹੜਾ ਲੋਕਾਂ ਦੇ ਅਤੇ ਲੋਕਾਂ ਦੇ ਸੈਂਟੀਮੈਂਟਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਜ਼ਰੂਰ ਆਵੇਗਾ, ਅਤੇ ਇਸ ਮੀਟਿੰਗ ਦਾ ਕੋਈ ਵੀ ਪ੍ਰਭਾਵ ਉਸ ਫੈਸਲੇ ਦੇ ਉੱਤੇ ਨਹੀਂ ਹੋਵੇਗਾ। ਅਤੇ ਨਾਲ ਹੀ ਸਰ, ਅਗਲੀ ਖਬਰ ਜਿਹੜੀ ਆ, ਲਗਾਤਾਰ ਸੀਐਮ ਭਗਵੰਤ ਮਾਨ ਅਤੇ ਗਵਰਨਰ ਆਫ ਪੰਜਾਬ ਦੇ ਜਿਹੜੇ ਨੇ ਬਨਵਾਰੀ ਲਾਲ ਪੁਰੋਹਿਤ, ਉਹਨਾਂ ਦੇ ਵਿਚਾਲੇ ਟਸਲਬਾਜ਼ੀ ਜਿਹੜੀ ਚੱਲ ਰਹੀ ਸੀ ਆਹਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਸੀ, ਪਰ ਅੱਜ ਜਿਹੜਾ ਸਵੇਰੇ ਉਹਨਾਂ ਦਾ ਕਾਰਨ ਜਿਹੜਾ ਟਸਲਬਾਜ਼ੀ ਦਾ ਸਰ, ਉਹ ਇਹੀ ਸੀ ਕਿ ਪਹਿਲਾਂ ਜਿਹੜਾ ਉਹਨਾਂ ਦੇ ਵੱਲੋਂ ਗਵਰਨਰ ਸਾਹਿਬ ਦੇ ਵੱਲੋਂ ਜਿਹੜੀ ਹੈ ਇੱਕ ਜਾਣਕਾਰੀ ਮੰਗੀ ਗਈ ਕਿ ਭਾਈ ਤੁਸੀਂ ਜਿਹੜੇ ਪ੍ਰਿੰਸੀਪਲ ਭੇਜੇ ਨੇ ਸਿੰਘਾਂ ਪਰ, ਉਹਨਾਂ ਦੀ ਜਾਣਕਾਰੀ ਦਿਓ ਕਿ ਉਹਨਾਂ ਨੂੰ ਕਿਹੜੇ ਜਿਹੜੇ ਕਿਸ ਮਤਲਬ ਉਹਨਾਂ ਦੀ ਚੋਣ ਜਿਹੜੀ ਆ ਉਹ ਕਿਸ ਤਰ੍ਹਾਂ ਕੀਤੀ ਗਈ, ਕਿਸ ਆਧਾਰ ਦੇ ਉੱਤੇ ਕੀਤੀ ਗਈ, ਤਾਂ ਉਸ ਨੂੰ ਲੈ ਕੇ ਜਿਹੜੀ ਤਲਖੀ ਵਧੀ ਸੀ। ਪਰ ਅੱਜ ਆਪ ਮਹਾਰੇ ਜਿਹੜੇ ਸੀਐਮ ਭਗਵੰਤ ਮਾਨ, ਉਹਨਾਂ ਦੇ ਸੁਰ ਜਿਹੜੇ ਨੇ, ਉਹ ਮੀਟਿੰਗ ਜਿਹੜੀ ਕੱਲ੍ਹ ਸੀਐਮ ਭਗਵੰਤ ਮਾਨ ਅਤੇ ਅਮਿਤ ਸ਼ਾਹ ਉਹਨਾਂ ਦੇ ਵਿਚਾਲੇ ਹੋਈ ਹੈ, ਉੱਥੇ ਵੀ ਕਾਫੀ ਕੁਛ ਹੋਇਆ ਦੱਸਿਆ ਜਾ ਰਿਹਾ, ਅਤੇ ਉਸ ਤੋਂ ਬਾਅਦ ਜਿਹੜੇ ਆ ਉਹ ਸੁਰ ਬਦਲ ਗਏ ਨੇ, ਅਤੇ ਬਿਨਾਂ ਮੰਗਿਆ ਹੀ ਅੱਜ ਜਿਹੜੀ ਆ ਆਪਣੇ ਆਪ ਹੀ ਦੱਸਤਾ ਫਿਰ ਕੇ ਭਾਈ ਇਸ ਤਰ੍ਹਾਂ ਇਹਦੀ ਕਮੇਟੀ ਬਣਾ ਕੇ ਅਸੀਂ ਚੋਣ ਕਰਦੇ ਹਾਂ, 5 ਮੈਂਬਰੀ ਕਮੇਟੀ ਆ ਉਹ ਫੇਥ ਐਂਡ ਫੇਅਰ ਜਿਹੜੀ ਆ ਉਹ ਚੋਣ ਕਰਦੀ ਆ। ਸਰ ਕਿਵੇਂ ਦੇਖਦੇ ਹੋ, ਕੀ ਲੱਗਦਾ ਕਿ ਸੀਐਮ ਭਗਵੰਤ ਮਾਨ ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ ਝੁਕੇ ਲੱਗਦੇ ਨੇ ਜੀ ਇਸ ਮਸਲੇ ਦੇ ਵਿੱਚ? ਹਾਂਜੀ ਬਿਲਕੁਲ, ਕੁਛ ਉਹਨਾਂ ਦੇ ਤੇਵਰ ਬਦਲੇ ਹੈ। ਸਾਨੂੰ ਇੱਥੇ ਜਾਣਨ ਦੀ ਲੋੜ ਹੈ ਕਿ ਗਵਰਨਰ ਦਾ ਅਹੁਦਾ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ, ਪਹਿਲੇ ਕੁਛ ਇੱਕ ਸਾਲਾਂ ਨੂੰ ਛੱਡ ਕੇ ਗਵਰਨਰ ਦਾ ਅਹੁਦਾ ਬਹੁਤ ਕੰਟਰੋਵਰਸ਼ੀਅਲ ਰਿਹਾ, ਕਿਉਂਕਿ ਸੰਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਹੋਈ ਸੀ, ਉਹਦੇ ਵਿੱਚ ਸਾਫ਼ ਲਿਖਿਆ ਕਿ ਗਵਰਨਰ ਐਸੇ ਲੋਕ ਬਣਾਏ ਜਾਣਗੇ ਜਿਹੜੇ ਸਮਾਜਿਕ ਰੁਤਬਾ ਰੱਖਦੇ ਹੋਣ, ਜਿਹੜੇ ਐਕਟਿਵ ਸਿਆਸਤਦਾਨ ਨਾ ਹੋਣ। ਲੇਕਿਨ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਐਕਟਿਵ ਸਿਆਸਤਦਾਨ ਲਗਾਏ ਜਾਂਦੇ, ਔਰ ਉਹ ਗਵਰਨਰ ਜਿਹੜੇ ਹੈ ਉਹ ਨਿਰਪੱਖ ਨਹੀਂ ਰਹਿੰਦੇ। ਜਿਹੜੀ ਕੇਂਦਰ ਚ ਰੂਲਿੰਗ ਪਾਰਟੀ ਦੀ ਜਿਹੜੀ ਉਹਨਾਂ ਨੂੰ ਅਪੁਆਇੰਟ ਕਰਦੀ ਹੈ ਉਸ ਦਾ ਪੱਖ ਤੁਰਦੇ ਹੈ, ਔਰ ਖਾਸ ਤੌਰ ਤੇ ਇਹ ਜਿਹੜਾ ਟ੍ਰੈਂਡ ਦੇਖਣ ਵੇਲੇ ਆਇਆ 1980 ਦੇ ਦਹਾਕੇ ਦੇ ਵਿੱਚ, ਜਦੋਂ ਮਿਸਿਸ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਕਾਂਗਰਸ ਦੀ ਸਰਕਾਰ ਵੇਲੇ, ਬਹੁਤ ਜ਼ਿਆਦਾ ਹੋਇਆ। ਫਿਰ ਸਰਕਾਰੀ ਕਮਿਸ਼ਨ ਬਣਿਆ, ਪੰਛੀ ਕਮਿਸ਼ਨ ਬਣਿਆ ਇਸ ਸਟੱਡੀ ਵਾਸਤੇ ਕਿ ਇਹਨੂੰ ਕਿੱਦਾਂ ਕੰਟਰੋਲ ਲਿਆਂਦਾ ਜਾਵੇ। ਲੇਕਿਨ ਹੁਣ ਇਹ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਹੈ, ਇਹ ਟ੍ਰੈਂਡ ਫਿਰ ਵੱਧ ਗਿਆ। ਜਿਹੜੇ ਗਵਰਨਰ ਨੇ ਕੋਈ ਵੀ ਇਹਨਾਂ ਦੇ ਜਿਹੜੇ ਹੈ ਉਹ ਵਾਰ ਵਾਰ ਜਿਹੜੀ ਹੈ ਚੁਣੀ ਹੋਈ ਸਰਕਾਰ ਦਖਲ ਅੰਦਾਜ਼ੀ ਕਰਦੇ ਹੈ। ਬਨਵਾਰੀ ਲਾਲ ਪੁਰੋਹਿਤ ਪੰਜਾਬ ਤੋਂ ਪਹਿਲਾਂ ਤਾਮਿਲਨਾਡੂ ਦੇ ਗਵਰਨਰ ਸੀਗੇ, ਉੱਥੇ ਵੀ ਉੱਥੋਂ ਦੇ ਜਿਹੜੇ ਮੁੱਖ ਮੰਤਰੀ MK Stalin ਨਾਲ ਇਹਨਾਂ ਦੀ ਕਾਫੀ ਜਿਹੜੀ ਹੈ ਉਹ ਤਕਰਾਰਬਾਜ਼ੀ ਹੁੰਦੀ ਰਹੀ। ਇਸੇ ਤਰ੍ਹਾਂ ਜਿਹੜੇ ਹੁਣ ਸਾਡੇ ਵਾਈਸ ਪ੍ਰੈਜੀਡੈਂਟ ਨੇ ਧਨਕਰ, ਉਹ ਪੱਛਮੀ ਬੰਗਾਲ ਦੇ ਗਵਰਨਰ ਸੀ, ਮਮਤਾ ਬੈਨਰਜੀ ਨਾਲ ਉਹਨਾਂ ਦੀ ਰੋਜ਼ ਹੀ ਕੋਈ ਨਾ ਕੋਈ ਤਲਖਬਾਜ਼ੀ ਜਿਹੜੀ ਹੁੰਦੀ ਸੀ। ਸੋ ਬੇਸਿਕਲੀ ਗਵਰਨਰ ਵੀ ਬੇਕਸੂਰ ਨਹੀਂ ਹੈ, ਗਵਰਨਰ ਦਾ ਰੁਝਾਨ ਜਿਹੜਾ ਹੈ ਉਹ ਬੜਾ ਗਲਤ ਹੈ। ਬਨਵਾਰੀ ਲਾਲ ਪੁਰੋਹਿਤ ਨੇ ਵੀ ਆ ਕੇ ਇੱਥੇ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਹੈ ਉਹਦੇ 'ਚ ਦਖਲ ਅੰਦਾਜ਼ੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਬੜੀ ਨਿੰਦਣੀ ਹੈ। ਪਰ ਇੱਥੇ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਗਵਰਨਰ ਨੂੰ ਕਾਨੂੰਨੀ ਅਧਿਕਾਰ ਹੈ ਕਿ ਉਹ ਸਰਕਾਰ ਕੋਲੋਂ ਕੋਈ ਵੀ ਇਨਫੋਰਮੇਸ਼ਨ ਮੰਗ ਸਕੇ, ਔਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ। ਔਰ ਨਾਲ ਹੀ ਉਹਨਾਂ ਨੇ ਗਵਰਨਰ ਨੂੰ ਇਹ ਕਿਹਾ ਕਿ ਤੁਸੀਂ ਜਿਹੜਾ ਹੈ ਅਸੈਂਬਲੀ ਦਾ ਸੈਸ਼ਨ ਉਸਨੂੰ ਰੋਕ ਨਹੀਂ ਸਕਦੇ, ਉਹਦੇ ਵਿੱਚ ਤੁਹਾਨੂੰ ਜਾਣਾ ਹੀ ਪਏਗਾ। ਤੋ ਅਸੈਂਬਲੀ ਦਾ ਸੈਸ਼ਨ ਅੱਜ ਹੋਇਆ, ਗਵਰਨਰ ਸਾਹਿਬ ਨੇ ਆ ਕੇ ਆਪਣਾ ਜੋ ਵੀ ਭਾਸ਼ਣ ਦੇਣਾ ਹੁੰਦਾ ਪਹਿਲੇ ਦਿਨ ਉਸਨੂੰ ਉਹਨਾਂ ਨੇ ਕੀਤਾ। ਔਰ ਭਗਵੰਤ ਮਾਨ ਜਿੱਥੋਂ ਤੱਕ ਐਜ਼ ਮੁੱਖ ਮੰਤਰੀ ਉਹਨਾਂ ਦਾ ਕੰਡਕਟ ਇਸ ਖਾਸ ਇਸ਼ੂ ਨੂੰ ਅਸੀਂ ਲੈ ਕੇ ਕਹੀਏ ਤਾਂ ਉਹ ਵੀ ਕੋਈ ਬਹੁਤਾ ਵਧੀਆ ਨਹੀਂ ਸੀ। ਇਮੈਚੋਰ ਜਿਸ ਤਰ੍ਹਾਂ ਹੁੰਦਾ ਹੈ, ਇੱਕ ਮੁੱਖ ਮੰਤਰੀ ਨੂੰ ਇਹ ਸ਼ੋਭਾ ਹੀ ਨਹੀਂ ਦਿੰਦਾ ਕਿ ਉਹ ਇਸ ਤਰ੍ਹਾਂ ਦਾ ਜਵਾਬ ਜਿਹੜਾ ਹੈਗਾ, ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਹੈ ਉਹ ਗਵਰਨਰ ਵਰਗੇ ਕੌਨਸਟੀਟਿਊਸ਼ਨਲ ਅਹੁਦੇ ਲਈ ਵਰਤੇ, ਭਾਵੇਂ ਗਵਰਨਰ ਖੁਦ ਕਿੰਨਾ ਹੀ ਗਲਤ ਕਿਉਂ ਨਾ ਹੋਵੇ। ਉਹ ਮੈਨੂੰ ਮੈਂ ਮਹਿਸੂਸ ਕਰਨਾ ਕਿ ਗਵਰਨਰ ਜਿਹੜੇ ਹੈ ਉਹਨਾਂ ਦੀ ਉਹ ਵੀ ਬੇਕਸੂਰ ਨਹੀਂ ਹੈਗੇ, ਪਰ ਉਹਨਾਂ ਦੇ ਅਹੁਦੇ ਦੀ ਜਿਹੜੀ ਮਰਿਆਦਾ ਰੱਖਣੀ ਬੜੀ ਜ਼ਰੂਰੀ ਸੀ, ਔਰ ਸਾਨੂੰ ਇਹ ਮੰਨਣਾ ਚਾਹੀਦਾ ਸੀ ਕਿ ਸੰਵਿਧਾਨ ਦੇ ਵਿੱਚ ਹੱਕ ਹੈ ਗਵਰਨਰ ਨੂੰ ਕਿ ਕੋਈ ਉਹ ਇਨਫੋਰਮੇਸ਼ਨ ਮੰਗ ਸਕੇ। ਸੋ ਆਪਣੇ ਵੱਲੋਂ ਉਹ ਮਰਿਆਦਾ ਪੂਰੀ ਕਰਨੀ ਚਾਹੀਦੀ ਸੀ। ਫਿਰ ਉਹੀ ਹੋਇਆ ਜਦੋਂ ਹੋਮ ਮਿਨਿਸਟਰ ਅਮਿਤ ਸ਼ਾਹ ਨਾਲ ਉਹਨਾਂ ਦੀ ਮੀਟਿੰਗ ਹੋਈ, ਤਾਂ ਜ਼ਾਹਿਰ ਹੈ ਜਦੋਂ ਪੰਜਾਬ ਦੇ ਸਾਰੇ ਮਸਲੇ ਡਿਸਕਸ ਹੋਏ ਸਮੇਤ ਜੋ ਅਜਨਾਲੇ ਹੋਇਆ, ਤਾਂ ਕੁਛ ਤਲਖ ਗੱਲਾਂ ਵੀ ਉੱਥੇ ਹੋਈਆਂ ਹੋਣਗੀਆਂ। ਹੋਮ ਮਿਨਿਸਟਰ ਨੇ, ਯੂਨੀਅਨ ਹੋਮ ਮਿਨਿਸਟਰ ਨੇ ਚੀਫ ਮਿਨਿਸਟਰ ਨੂੰ ਉਹ ਗੱਲਾਂ ਕਹੀਆਂ ਹੋਣਗੀਆਂ, ਔਰ ਅਮਿਤ ਸ਼ਾਹ ਜਿਹੜੇ ਹੈ ਉਹ ਆਪਣੇ ਜਿਹੜੇ ਇਸ ਤਰ੍ਹਾਂ ਦੇ ਇੱਕ ਰਵੱਈਏ ਵਾਸਤੇ ਜਾਣੇ ਜਾਂਦੇ ਆ ਕਿ ਬੜੇ ਸਖ਼ਤ ਹੋਮ ਮਿਨਿਸਟਰ ਹੈਗੇ ਆ, ਹੀ ਮੀਨਸ ਇਜ਼ ਨੋ ਵਰਡਸ।
ਉਸੇ ਕਰਕੇ ਸ਼ਾਇਦ ਭਗਵੰਤ ਮਾਨ ਦੇ ਜਿਹੜੇ ਫੇਵਰ ਅੱਜ ਬਦਲੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਉਹ ਪ੍ਰਿੰਸੀਪਲ ਜਿਹੜੇ ਸਕੂਲ ਪ੍ਰਿੰਸੀਪਲ ਸਿੰਗਾਪੁਰ ਜਾ ਰਹੇ ਉਹਨਾਂ ਦਾ ਸਿਲੈਕਸ਼ਨ ਕ੍ਰਾਈਟੀਰੀਆ ਗਵਰਨਰ ਨੂੰ ਜਿਹੜਾ ਦੇਣ ਦੀ ਹਦਾਇਤ ਦਿੱਤੀ ਹੈ। ਮੇਰਾ ਖਿਆਲ ਹੈ ਕਿ ਇਹ ਇੱਕ ਇਸ ਤੋਂ ਬਚਿਆ ਜਾ ਸਕਦਾ ਸੀ, ਇਹ ਗੈਰ ਜ਼ਰੂਰੀ ਸੀ। ਖਾਮ ਖਾ ਭਗਵੰਤ ਮਾਨ ਉਹਨਾਂ ਨੇ ਆਪਣੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਕੇ ਇਹ ਇੱਕ ਸਥਿਤੀ ਕ੍ਰੀਏਟ ਕੀਤੀ ਔਰ ਮੈਚੋਰਿਟੀ ਇਸੇ 'ਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਚਿਆ ਜਾਵੇ। ਹਾਂ, ਜਦੋਂ ਗਵਰਨਰ ਆਪਣੀ ਸੀਮਾ ਲੰਘਦੇ ਆ ਤੇ ਉਸ ਨੂੰ ਪੂਰੀ ਮਰਿਆਦਾ 'ਚ ਰਹਿੰਦੇ ਹੋਏ ਤਰੀਕੇ ਨਾਲ ਪਬਲਿਕ ਪ੍ਰੈਸ਼ਰ ਬਣਾ ਕੇ ਉਸ ਨੂੰ ਕਾਊਂਟਰ ਕੀਤਾ ਜਾਵੇ, ਇੱਕ ਮੈਚੋਰ ਵੇ ਨਾਲ ਸਿਆਸਤ ਕੀਤੀ ਜਾਵੇ, ਸੋ ਇਹੀ ਸਾਡੀ ਸਟੇਟ ਦੇ ਲਈ ਠੀਕ ਵੀ ਰਹੇਗਾ ਔਰ ਅਸੀਂ ਕੋਈ ਮੌਕਾ ਨਾ ਦਈਏ ਉਹਨਾਂ ਨੂੰ ਕਿ ਕੋਈ ਆਲਰੇਡੀ ਅਸੀਂ ਬਹੁਤ ਜ਼ਿਆਦਾ ਸਮੱਸਿਆਵਾਂ 'ਚ ਘਿਰੇ ਹੋਏ ਹਾਂ, ਸਰਕਾਰ ਨੇ ਬਹੁਤ ਕੰਮ ਕਰਨੇ ਆ ਤੇ ਜੇ ਇਹੋ ਜਿਹੀਆਂ ਕੰਟਰੋਵਰਸੀ 'ਚ ਹੀ ਘਿਰੇ ਰਵਾਂਗੇ ਤੇ ਫਿਰ ਉਸ ਨੂੰ ਕਿਸ ਤਰ੍ਹਾਂ ਇਹ ਹੱਲ ਕੀਤਾ ਜਾਊਗਾ। ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਜਿਹੜਾ ਉਹਨਾਂ ਨੇ ਕੋਈ ਸਬਕ ਸਿੱਖਿਆ ਹੋਏਗਾ ਤੇ ਨਾਲ ਹੀ ਸ਼ਾਇਦ ਗਵਰਨਰ ਸਾਹਿਬ ਨੂੰ ਵੀ ਇਸ ਚੀਜ਼ ਦੀ ਹੌਲੀ ਸ਼ਾਇਦ ਰਿਅਲਾਈਜੇਸ਼ਨ ਹੋਵੇ ਕਿ ਕੋਈ ਚੁਣੀ ਹੋਈ ਸਰਕਾਰ ਨੂੰ ਉਹਨਾਂ ਨੇ ਕਿਸ ਤਰ੍ਹਾਂ ਡੀਲ ਕਰਨਾ। ਖਾਮ ਖਾ ਵੀ ਦਖਲਅੰਦਾਜ਼ੀ ਵੀ ਮਾੜੀ ਹੈ, ਸੋ ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਕਰਨਾ ਚਾਹੀਦਾ। ਬਿਲਕੁਲ ਸਰ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਉਮੀਦ ਕਰਾਂਗੇ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਵੀ ਜੇਕਰ ਇਹ ਦੋ ਹੀ ਲਾਈਨਾਂ ਜਿਹੜੀਆਂ ਲਿਖ ਕੇ ਦੇਣੀਆਂ ਸੀ ਤਾਂ ਸ਼ਾਇਦ ਉਹ ਵੀ ਦੇ ਦਿੰਦੇ, ਅਜਿਹਾ ਵਿਵਾਦ ਨਾ ਖੜਾ ਹੁੰਦਾ, ਤਾਂ ਜਾਂ ਜਿਹੜੇ ਗਵਰਨਰ ਨੇਗੇ ਉਹ ਜਿਹੜੀ ਨਜਾਇਜ਼ ਜਿਹੜੀ ਦਖਲਅੰਦਾਜ਼ੀ ਨਾ ਕਰਦੇ ਤਾਂ ਸ਼ਾਇਦ ਅਜਿਹਾ ਬਖਾੜਾ ਜਿਹੜਾ ਉਹ ਖੜਾ ਨਾ ਹੀ ਹੁੰਦਾ। ਤਾਂ ਜਿਹੋ ਜਿਹਾ ਅੱਜ ਮਾਹੌਲ ਜਿਹੜਾ ਜਿਸ ਤਰ੍ਹਾਂ ਸਿਖਾਵਾਂ ਹੋਇਆ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਮਾਹੌਲ ਜਿਹੜਾ ਅਜਿਹਾ ਹੀ ਸਿਖਾਵਾਂ ਦੇਖਣ ਨੂੰ ਮਿਲੇਗਾ ਸੀਐਮ ਭਗਵੰਤ ਮਾਨ ਅਤੇ ਗਵਰਨਰ ਹੋਣਾਂ ਦੇ ਵਿਚਾਲੇ। ਤਾਂ ਗੱਲਬਾਤ ਕਰਨ ਦੇ ਲਈ ਸਰ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤਾਂ ਇਹ ਸਨ ਸਾਡੇ ਨਾਲ PS ਪ੍ਰੋਫੈਸਰ PS ਜਿਨ੍ਹਾਂ ਦੇ ਵੱਲੋਂ ਭੋਗਲ ਸਾਹਿਬ ਦੇ ਵੱਲੋਂ ਜਿਹੜੀ ਹੈ ਉਹ ਸਾਰੀ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਵਿਸਥਾਰਪੂਰਵਕ ਜਿਹੜੀ ਚਰਚਾ ਕੀਤੀ ਗਈ ਹੈ। ਚਰਚਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਆਪਣੀ ਜ਼ਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਅਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ TV ਦੇ ਨਾਲ।